Fury. ਲੱਗੀ ਤਾਂ ਅੱਗੇ ਹੋਈ ਆ, ਮੈਂ ਤੇਰੇ ਕੰਨਾਂ 'ਚ ਹੁਣ ਹੀ ਚੜ੍ਹ ਦੇਣੀ ਅੱਗੇ ਬਕਵਾਸ ਕਰਦਾ ਕਿ ਦਿਮਾਗ ਖਰਾਬ ਕੀਤੇ ਬਿਨਾਂ ਮਤਲਬ ਤੇ। ਦਿਮਾਗ ਮੈਂ ਨਹੀਂ ਖਰਾਬ ਕੀਤੇ, ਦਿਮਾਗ ਤੂੰ ਖਰਾਬ ਕੀਤੇ ਜਿਹੜਾ ਅੱਗੇ ਘੁਸੜਾ ਦਾ ਚਮਚਾ ਫੜਿਆ ਮੇਰਾ। ਤੁਸੀਂ ਬੰਦੇ ਦੇ ਪੁੱਤ ਬਣਨਾ ਜੇ ਨਹੀਂ ਬਣਨਾ ਕੇ ਗੱਲ ਤੋਂ ਤੇ ਲੈਣਾ ਹੀ ਲੱਗੇ ਤੋ ਤੇ ਹਮੇਸ਼ਾ ਅੱਗਾ ਦਿਆੜੇ ਕੰਮ ਕਰਨੇ, ਚੁੱਪ ਕਰੀ ਲੈਣ ਲੈ ਲੈਣੇ ਤੇ ਮੈਂ ਆਪਣੇ ਤਰੀਕੇ ਨਾਲ ਲੈਣ ਲਵਾਉਣੀ ਹੈਗੀ। ਮਾਸਟਰ ਲੈਣ ਲੱਗੀ ਇਹ ਘੁਸੜੀ ਅੱਗੇ ਆਈ ਹੈ। ਹੁਣ ਇਹ ਕਰੋ ਫਟਾਫਟ ਆਪਣੀ ਲੈਣ ਬਣਾ ਲਓ, ਕੋਈ ਬੰਦਾ ਕੋਈ ਨੂੰ ਧੱਕਾ ਨਾ ਦੇ। ਜਿਹੜੇ ਮੈਂ ਵਿਆਹ ਦੇ ਸਮਾਨ ਲੈਂਦਾ ਮੈਂ ਸਾਰਿਆਂ ਨੂੰ ਵੰਡਣਾ ਤਾਂ ਫਟਾਫਟ ਨਾ ਪਿੱਛਾ ਹੋਈ ਹੋ, ਤੂੰ ਵੀ ਪਿੱਛਾ ਹੋਈ ਆ, ਨਾਲੇ ਤੂੰ ਸਾਰਿਆਂ ਤੋਂ ਬਾਅਦ ਆਏ ਆਂਗਾ, ਤੂੰ ਅੱਗੇ ਕਿਵੇਂ ਘੁਸੜੀ ਹੈਗੇ। ਚੱਲ ਸਾਰਿਆਂ ਪਿੱਛੇ ਚੱਲ, ਫਟਾਫਟ ਚੱਲ। ਤੈਨੂੰ ਮੈਂ ਵਾਰ ਵਾਰ ਭੌਂਕਾਂ, ਤੈਨੂੰ ਇੱਕ ਵਾਰੀ ਸੁਣਾ ਦਾ ਹੈ ਨਹੀਂ, ਚੱਲ ਪਿੱਛੇ। ਨਾਲੇ ਤੂੰ ਖੋਤੇ ਲਿਖਾ ਦੰਦ ਕੱਢੀਆਂ ਨੇ, ਇੱਥੇ ਮਹਿਮਾਨ ਲੱਗੇ ਆ ਕਿ ਬੰਦੇ ਦਾ ਪੁੱਤ ਬਣ ਜਾਂਦਾ, ਮੈਂ ਜੁੱਤੀ ਬੜੀ ਫੇਰਨੀ ਹੈ ਤੈਨੂੰ ਮੈਂ ਪਹਿਲਾਂ ਦੱਸਦਾ। ਖਾਣੇ ਪਿੱਛੇ ਤਾਂ ਭਰਿਆਂ ਦੂੰਗਾ, ਇਹ ਮਰੀ ਜਾਂਦੀ ਜਿਵੇਂ ਕੁਛ ਦਿਖਿਆ ਨਹੀਂ ਹੁੰਦਾ, ਤੁਹਾਡੇ ਵਾਸਤੇ ਲਈ ਹੁੰਦੇ ਗਾ, ਤੁਸੀਂ ਖਾਣਾ ਗਾ, ਮੈਂ ਨਹੀਂ ਖਾਣਾ ਕੋਈ ਵੀ ਇਹਦੇ 'ਚੋਂ। ਹਾਂਜੀ ਮਾਸਟਰ ਜੀ ਪਤਾ ਹੀ ਹੈਗਾ। ਜੇ ਪਤਾ ਹੀ ਹੈ ਤਾਂ ਨਿਚਲੇ ਹੋਈਏ ਖੜੋ ਹੀ ਨਹੀਂ ਹੁੰਦਾ। ਨਾਲੇ ਤੁਸੀਂ ਵੀ ਭੌਂਕਣਾ ਬੰਦ ਕਰ ਦਿਓ, ਇੱਕ ਦੂਜੇ ਨੂੰ ਢੁਸਣੂ ਮੈਂ ਮਾਰੋ, ਨਹੀਂ ਤਾਂ ਮੈਂ ਇੱਥੇ ਘੜ ਦੇਣੇ ਆਈਏ। ਇੱਧਰ ਉੱਧਰ ਮੱਧ ਦਿਖਿਆ ਮੈਂ ਤੈਨੂੰ ਇਹ ਬੋਲਿਆ ਤਾਂ ਬੰਦੇ ਦਾ ਪੁੱਤ ਬਣ ਜਾ, ਨਹੀਂ ਤਾਂ ਮੈਂ ਰਗੜ ਦੇਣਾ ਇੱਥੇ ਫੜੀ। ਮਾੜੀਆਂ ਹਰਕਤਾਂ ਸੜਦੇ ਮੈਨੂੰ ਸਭ ਕੁਝ ਜਾਪਾ ਦਾ ਇੱਥੋਂ। ਮਾਸਟਰ ਲੈਣ ਲਵਾਈ ਦਾ ਕੋਈ ਫਾਇਦਾ ਹੈ ਨਹੀਂ, 4-5 ਕੇੜੇ ਨੇ ਬਚੇ, ਬਾਕੀ ਲਫਾਫਾ ਪਤਾ ਨਹੀਂ ਕੌਣ ਲਈ ਆ ਚੁੱਕੀ ਹੈ। ਕੌਣ ਲਈ ਲਫਾਫਾ ਚੁੱਕੀ? ਤੇਰੇ ਕੋਲ ਲਫਾਫਾ ਦਿੱਤਾ ਨਾ, ਤੈਨੂੰ ਬੋਲਿਆ ਨਾ ਵੀ ਇੱਥੇ ਬੈਠੀ ਰਾਖੀ ਕਰੇ ਲਫਾਫੇ ਦੀ। ਉੱਪਰੋਂ ਫਿਰ ਤੂੰ ਘੰਟੇ ਬਾਅਦ ਬੋਲਣਾ ਵੀ ਕਿਹੜੇ ਚੋਰੀ ਹੋਈ ਹੈ, ਮੈਂ ਲੈਣ ਲਵਾਈ ਸੀ, ਮੈਂ ਕਿੱਥੋਂ ਪੂਰੇ ਕਰਨੇ ਨੇ? ਇਹ ਤੂੰ ਪੂਰੇ ਕਰਨੇ ਨੇ, ਮੈਨੂੰ ਨੀ ਪਤਾ, ਜਿੱਥੋਂ ਮਰਜ਼ੀ ਵੰਡ, ਚੱਲ ਉੱਠ ਵੰਡ ਇਹਨਾਂ ਨੂੰ। ਉਲਟਾ ਸਵੇਰੇ ਸਵੇਰੇ ਖੋਪੜਾ ਖਰਾਬ ਕਰੀਏ ਰਹਿੰਦੇ, ਮੈਂ ਪਤਾ ਨਹੀਂ ਕਿਹਾਂ ਕਿਹਾਂ ਕਰੀਏ, ਕਿਹੜੇ ਲਿਆਉਂਦੇ ਉਹ ਵੀ ਗੁੰਮ ਕਰੀਏ ਰਹੀ ਤੇ, ਆਪਣੀ ਚੀਜ਼ ਨਹੀਂ ਸਾਂਭੀ ਸਕਦੇ ਤਾਂ ਹੋਰ ਕੇ ਸਾਂਭਣਾ ਤੁਸੀਂ। ਤੈਨੂੰ ਬੋਲਿਆ ਨਾ ਰਾਖੀ ਕਰਿਆ, ਤੇ ਪਿੱਛੋਂ ਧੱਕਾ ਕੁ ਨਹੀਂ ਦਿੱਤਾਗਾ? ਧੱਕਾ ਮਾ ਦਿਓ, ਇੱਕ ਦੂਜੇ ਨੂੰ ਸਬਰ ਰੱਖੋ, ਸਾਰਿਆਂ ਨੂੰ ਸਮਾਨ ਮਿਲੀ ਜਾਣਾਗਾ। ਫਟਾਫਟ ਸਮਾਨ ਵੰਡੀ ਹੈ, ਮੇਰੇ ਕੋਲ ਟਾਈਮ ਹੈ ਨਹੀਂ, ਮੈਂ ਉੱਧਰ ਪੀੜ ਵੀ ਲਾਉਣਾ ਚਾਹੀਦੀ ਕਲਾਸਾਂ 'ਚ, ਮੈਂ ਤੁਹਾਡੇ ਮਗਰ ਨਹੀਂ ਲੱਗੀ ਰਹਿਣਾ ਇੱਥੇ। ਇਹਨੂੰ ਫੜਾਉਂਦਾ ਕਹਿੰਦੇ ਜਿਹੜਾ ਹੱਥੇ ਫੜੀ ਬੈਠੇ, ਮੈਂ ਜੁੱਤੀ ਫਿਰ ਦੇਣੀ ਹੈ ਇੱਥੇ। ਹੈ ਕਿ ਡੱਗ ਜਿਹਾ ਇਹਨੇ ਕਿੱਥੋਂ ਫੜਾਉਣਾ ਗਾ, ਆਪਣਾ ਢਿੱਡ ਦਾ ਇਹਦਾ ਭਰਾਉਂਦਾ ਨਹੀਂ ਹੈਗਾ, ਬਚਿਆ ਕੋਈ ਨਹੀਂ। ਹੁਣ ਮੁਗੀ ਹੈ ਤਾਂ ਮੈਂ ਘਰੋਂ ਲਈ ਆਵਾਂ, ਜਿੰਨੇ ਇਹ ਤਾਂ ਮੈਂ ਉਹਨੇ ਵੰਡੀ ਤੇ ਨਾ, ਹੁਣ ਮੈਂ ਠੇਕਾ ਲਿਆ ਜੇ ਚੋਰੀ ਹੋਈ ਹੈ ਨਾ। ਮੈਂ ਮੈਨੂੰ ਵੀ ਕਦਾ ਬਚਾਈ ਲੈਣਾ, ਸਾਰੇ ਢਿੱਡੇ ਹੀ ਪਾਈ ਲਏ, ਦੇਖਿਆ ਕਬਜ਼ ਹੋ ਜਾਣੀ ਹੈਗੀ। ਪਹਿਲਾਂ ਤੇਰੀ ਕਬਜ਼ ਹਟਾ ਲੈਣਾ, ਅੱਗੇ ਬਕਵਾਸ ਕਰਦਾ ਗਾ। ਹੁਣ ਦੱਸ ਕਿਹੜਿਆਂ ਲਫਾਫਾ ਚੋਰੀ ਹੋਇਆ ਜਾਂ ਖੁਦ ਹੀ ਖਾਈ ਲਿਆ? ਨਹੀਂ ਮਾਸਟਰ ਮੈਂ ਤਾਂ ਇੱਕ ਵੀ ਨਹੀਂ ਖਾਧਾ, ਪਤਾ ਨਹੀਂ ਕੌਣ ਲਈ ਆ। ਨਹੀਂ ਤੈਨੂੰ ਮੈਂ ਆਉਂਦਿਆਂ ਨੂੰ ਬੋਲਿਆ ਨਾ ਵੀ ਕਿਹੜਿਆਂ ਨੂੰ ਸਾਂਭੀ ਰੱਖਿਆ, ਕੋਈ ਹੱਥ ਨਾ ਮਾਰੀ ਹੈ। ਪਰ ਤੁਹਾਨੂੰ ਕੋਈ ਫਿਕਰ ਫਾਕਾ ਨਹੀਂ, ਜ਼ਿੰਮੇਵਾਰੀ ਤੁਸੀਂ ਸਮਝਣੀ ਨਹੀਂ। ਇੱਧਰ ਆ ਜਾ ਕੇ ਤੇਰੀ ਪਿੱਠ ਲਾਲ ਕਰਨਾ ਮੈਂ, 10 ਦਰਜਣ ਇਹ ਕੇਲੇ ਨਹੀਂ ਉਹ ਗੁਆਈ ਰਹੀ ਤੀਆਂ। ਮਾਸਟਰ ਮੈਂ ਮਥੀ ਕਿਹੜੇ ਥੋੜੇ ਗੁਆਏ ਨੇ, ਮੈਂ ਸੋਚਿਆ ਮੈਂ ਕਿਹਾ ਚੱਲ ਇੱਥੇ ਕੌਣ ਸੁੱਟਦਾ, ਮੈਂ ਕਿਹਾ ਮੈਂ ਪਾਣੀ ਪੀ, ਉਹਨਾਂ ਗੱਲ ਜਿਲ੍ਹਾ ਪਾਣੀ ਪੀ ਆ ਤਾਂ ਉੱਥੇ ਕਿਹੜੇ ਹਾਈ ਨੂੰ ਇਹ। ਨਹੀਂ ਫਿਰ ਕਿਹੜੇ ਕਿੱਥੇ ਗਏ, ਉਹਨਾਂ ਧਰਤ ਖਾਈ ਹੈਗੀ। ਮੈਂ ਸੋਚਿਆ ਮੈਂ ਚੱਲ ਵਿਆਹੇ ਤੇ ਸੁੱਟੀ ਕੱਟੀ ਚੱਲੇ, ਮੈਂ ਕਿਹਾ ਚੱਲ ਸਾਰਿਆਂ ਨੂੰ ਵੰਡਣੇ ਨੇ, ਮੈਨੂੰ ਲੱਗਾ ਤੂੰ ਹੀ ਖਾਈਏ ਹੋਣਾ ਜਾ। ਨਾਲੇ ਪੁੱਤ ਤੂੰ ਜਿਹੜਾ ਪਾਣੀ ਪੀ ਜਾਵਾ ਨਾ, ਬੜਾ ਡਿੰਗਾ ਟੇਡਾ ਬਿੰਗਾ ਟੇਡਾ ਚੱਲੇ, ਮੈਨੂੰ ਤਾਂ ਲੱਗਾ ਕੋਈ ਕਾਰਾ ਕੀਤੀ ਆ ਤੁਸੀਂ, 2-3 ਦਰਜਣ ਤੂੰ ਵੀ ਖਾਧੀ ਹੋਣੀਆਂ। ਮਾਸਟਰ ਕਿਆ ਗੱਲਾਂ ਕਰਦੇ, 2-3 ਦਰਜਣ ਖਾਈ ਹੁੰਦੀਆਂ ਨਾ? 2 ਦਰਜਣ ਤੁਹਾਡੇ ਅੱਗੇ ਕੇਨ ਜਗ੍ਹਾ ਤੇ ਤੁਸੀਂ ਸਰੋਲੀ ਤਾਂ ਚੌਲਾਂ ਦੀ ਖਾਈ ਜਾਂਦੇ ਹੈਗੇ, ਇਹ ਕਿਹੜੀ ਵੱਡੀ ਗੱਲ ਹੈ? ਕੱਲ੍ਹ ਆਉਣਾ ਹੋਊਗਾ ਸਕੂਲੇ ਤਾਂ ਪਾਪੇ ਆਪਣੇ ਲਈ ਆਏ ਆ, ਇਹਾਂ ਮਤ ਹੁੰਦਾ। ਮਾਸਟਰ ਪਾਪੇ ਨੂੰ ਕਿੱਥੇ ਲਿਆਉਣਾ, ਉਹ ਤਾਂ ਬਾਡੀ ਹੈਗੀ ਹੈਗਾ। ਜੇ ਅੱਜ ਪਾਪਾ ਤੇਰਾ ਬਾਡੀ ਹੈਗੀ ਆ ਤਾਂ ਪਰਸੋਂ ਲਿਆਏ ਪਾਪੇ ਆਪਣੇ ਨੂੰ। ਮਾਸਟਰ ਪਰਸੋਂ ਕਰਨਾ ਸਕੂਲ ਆਈ ਆਪੂ, ਤੁਸੀਂ ਬੋਲਿਆ ਛੁੱਟੀ, ਨਾਲ ਪਾਪਾ ਬਾਡੀ ਹੈ ਲੱਗੇਗਾ, ਪਾਪੇ ਦਾ ਮੁਸ਼ਕਲ ਹੀ ਹੈਗਾ। ਕੋਈ ਗੱਲ ਨਹੀਂ, ਜੇ ਪਾਪਾ ਤੇਰਾ ਬਾਡੀ ਹੈ ਲੱਗਿਆ ਤਾਂ ਉਹਨੂੰ ਬਾਡੀ ਕਰਨ ਦੇ, ਪੂਰਾ ਸਾਲ ਤਾਂ ਨਹੀਂ ਬਾਡੀ ਕਰਨੀ, ਜਿੱਦਣ ਬਾਡੀ ਤੇ ਆਈਏਗਾ ਤਾਂ ਉਸ ਦਿਨ ਲਿਆਉਣਾ, ਅੱਗੇ ਬਹਾਨੇ ਮਾਰੀਏ ਦੱਸਦਾਗਾ।